Hello everyone, my name is Ashmi. Waheguru Ji Ka Khalsa, Waheguru Ji Ki Fateh. So, this is Ashmi and today I am going to do a Sakhi with you that is all about the Chandni Chowk De Shaheed, the martyrs of Chandni Chowk. So, what is the reason behind it that they are martyred? So, what was happening in the Chandni Chowk? ਅੱਜ ਆਪਾਂ ਇਹਦੀ ਸਾਖੀ ਪੜ੍ਹਾਂਗੇ ਵੀ ਉਹਦੇ ਉੱਤੇ ਕੀ ਹੋ ਰਿਹਾ ਸੀ ਜਿਹੜਾ ਉਹਨਾਂ ਨੂੰ ਸ਼ਹੀਦ ਹੋਣਾ ਪਿਆ, ਜਿਹੜੇ ਗੁਰੂ ਤੇਗ ਬਹਾਦਰ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ. ਅਤੇ ਉਸ ਸਮੇਂ ਜਿਹੜਾ ਉਸ ਸਮੇਂ ਦਾ ਮੁਗਲ ਬਾਦਸ਼ਾਹ ਔਰੰਗਜ਼ੇਬ ਸੀ, ਔਰੰਗਜ਼ੇਬ ਨੇ ਹਿੰਦੂਆਂ 'ਤੇ ਬਹੁਤ ਜ਼ਿਆਦਾ ਜ਼ੁਲਮ ਢਾਇਆ ਸੀ. ਹਿੰਦੂਆਂ ਦੇ ਇੱਕ ਔਰੰਗਜ਼ੇਬ ਸਭ ਤੋਂ ਪਹਿਲਾਂ ਆਪਾਂ ਔਰੰਗਜ਼ੇਬ ਬਾਰੇ ਜਾਣਕਾਰੀ ਲੈਂਦੇ. ਔਰੰਗਜ਼ੇਬ ਇੱਕ ਕੱਟੜ ਮੁਸਲਮਾਨ ਸੀ ਜਿਹੜਾ ਉਸ ਸਮੇਂ ਦਾ ਬਾਦਸ਼ਾਹ ਸੀ. ਉਹ ਰੋਜ਼ ਮਤਲਬ ਬਹੁਤ ਸਾਰੇ ਪੰਡਿਤਾਂ ਦੇ ਰੋਜ਼ ਮੰਦਰ ਢਾਉਂਦਾ ਸੀ. ਇੱਕ ਪੰਡਿਤ ਗੁਰੂ ਜੀ ਕੋਲ ਆਇਆ, ਕਿਹੜੇ ਗੁਰੂ ਜੀ ਕੋਲ? ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਕੋਲ ਆਏ ਅਤੇ ਉਹਨਾਂ ਨੇ ਉਹਨਾਂ ਦੀ ਮਦਦ ਮੰਗੀ ਅਤੇ ਕਿਹਾ ਕਿ ਸਾਨੂੰ ਇਸ ਤੋਂ ਬਚਾਓ. ਪੰਡਿਤ ਕਿਰਪਾ ਰਾਮ ਜੀ ਗੁਰੂ ਤੇਗ ਬਹਾਦਰ ਜੀ ਕੋਲ ਮਦਦ ਮੰਗਣ ਆਏ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸਭ ਦੀ ਮਦਦ ਕਰਦੇ ਹਨ, ਸਭ ਦਾ ਭਲਾ ਕਰਦੇ ਹਨ. ਅਤੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਔਰੰਗਜ਼ੇਬ ਕੀ ਕਰਨ ਲੱਗ ਰਿਹਾ, ਅਤੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੇ ਨੌਵੀਂ ਪਾਤਸ਼ਾਹੀ ਨੇ ਉਹਨਾਂ ਨੂੰ ਕਿਹਾ ਕਿ ਔਰੰਗਜ਼ੇਬ ਤੱਕ ਇਹ ਸੰਦੇਸ਼ਾ ਪਹੁੰਚਾ ਦਿਓ ਕਿ ਉਹਨਾਂ ਨੂੰ ਐਵੇਂ ਕਹਿ ਦਿਓ ਕਿ ਜੇ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਇਸਲਾਮ ਕਬੂਲ ਕਰਵਾ ਦਿੱਤਾ ਤਾਂ ਸਾਰੇ ਹਿੰਦੂ ਆਪਣੇ ਆਪ ਇਸਲਾਮ ਕਬੂਲ ਕਰ ਲੈਣਗੇ. ਜਦ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਇੱਕ ਫੈਸਲਾ ਲਿੱਤਾ ਅਤੇ ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਸਾਥੀਆਂ ਨੂੰ, ਗੁਰੂ ਤੇਗ ਬਹਾਦਰ ਜੀ, ਭਾਈ ਦਿਆਲਾ ਜੀ, ਭਾਈ ਸਤੀਦਾਸ ਜੀ ਅਤੇ ਭਾਈ ਮਤੀਦਾਸ ਜੀ, ਉਹਨਾਂ ਕੋਲ ਗਏ. ਉਹਨਾਂ ਨੇ ਉਹਨਾਂ ਨੂੰ ਸ਼ਹੀਦ ਕੀਤਾ. ਉਹ ਕਹਿੰਦੇ ਜੇ ਤੁਸੀਂ ਇਸਲਾਮ ਕਬੂਲ ਕੀਤਾ ਤਾਂ ਸਾਰੇ ਹਿੰਦੂ ਕਬੂਲ ਕਰ ਲੈਣਗੇ. ਉਹ ਕਹਿੰਦੇ ਹਾਂ ਪੱਕਾ. ਅਤੇ ਉਹ ਜਦੋਂ ਸਭ ਤੋਂ ਪਹਿਲਾਂ ਉਹਨਾਂ ਨੇ ਭਾਈ ਦਿਆਲਾ ਜੀ ਨੂੰ ਤਸੀਹੇ ਦਿੱਤੇ. ਭਾਈ ਦਿਆਲਾ ਜੀ ਨੂੰ ਉਹਨਾਂ ਨੇ ਪੁੱਛਿਆ ਕਿ ਇਸਲਾਮ ਜਾਂ ਮੌਤ ਕਿਆ ਕਬੂਲ ਹੈ? ਉਹਨਾਂ ਨੇ ਕਿਹਾ ਇਸਲਾਮ ਨਹੀਂ, ਹਮੇ ਮੌਤ ਕਬੂਲ ਹੈ. ਅਤੇ ਫਿਰ ਭਾਈ ਦਿਆਲਾ ਜੀ ਨੂੰ ਉਹਨਾਂ ਨੇ ਤੱਤੇ ਦੇਗੇ ਵਿੱਚ ਪਾਣੀ ਵਿੱਚ ਉਬਾਲ ਕੇ ਸ਼ਹੀਦ ਕਰ ਦਿੱਤਾ. ਗੁਰੂ ਜੀ ਤਦ ਵੀ ਨਾ ਡੋਲੇ, ਉਹਨਾਂ ਨੇ ਤਾਂ ਵੀ ਇਸਲਾਮ ਨਾ ਕਬੂਲ ਕੀਤਾ. ਉਦੋਂ ਬਾਅਦ ਉਹਨਾਂ ਨੇ ਭਾਈ ਮਤੀਦਾਸ ਜੀ ਨੂੰ ਭਾਈ ਦਿਆਲਾ ਜੀ 11 ਨਵੰਬਰ 1675 ਈਸਵੀ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਨੂੰ ਦੇਗੇ ਵਿੱਚ ਉਬਾਲ ਕੇ. ਅਤੇ ਉਦੋਂ ਬਾਅਦ ਭਾਈ ਮਤੀਦਾਸ ਜੀ ਨੂੰ ਉਹਨਾਂ ਨੂੰ ਵੀ ਪੁੱਛਿਆ ਗਿਆ ਇਸਲਾਮ ਜਾਂ ਮੌਤ ਕਿਆ ਕਬੂਲ ਹੈ? ਉਹਨਾਂ ਨੇ ਵੀ ਕਿਹਾ ਮੌਤ ਕਬੂਲ ਹੈ, ਹਮੇ ਇਸਲਾਮ ਨਹੀਂ ਕਬੂਲ. ਫਿਰ ਉਹਨਾਂ ਨੂੰ ਵੀ ਤਸੀਹੇ ਦਿੱਤੇ, ਉਹਨਾਂ ਨੂੰ ਲੱਕੜਾਂ ਵਿੱਚ ਪਾ ਕੇ, ਉਹਨਾਂ ਨੂੰ ਲੱਕੜਾਂ ਵਿੱਚ ਬੰਨ੍ਹ ਕੇ ਕਿਹਾ ਗਿਆ ਕਿ ਇਸਲਾਮ ਜਾਂ ਮੌਤ ਕਿਆ ਕਬੂਲ ਹੈ? ਉਹ ਕਹਿੰਦੇ ਇਸਲਾਮ ਨਹੀਂ, ਮੈਂ ਪਹਿਲਾਂ ਵੀ ਕਿਹਾ ਨਾ, ਉਹ ਕਹਿੰਦੇ ਇਸਲਾਮ ਨਹੀਂ ਮੌਤ ਕਬੂਲ ਹੈ, ਹਮ ਮੌਤ ਕੋ ਗਲੇ ਲਗਾਏਂਗੇ. ਫਿਰ ਉਹਨਾਂ ਨੂੰ ਵੀ ਲੱਕੜਾਂ ਵਿੱਚ ਪਾ ਕੇ ਉਹਨਾਂ ਦਾ ਸਰੀਰ ਦੇ 2 ਟੁਕੜੇ ਕੀਤੇ, ਆਰੀਆਂ ਨਾਲ ਉਹਨਾਂ ਨੂੰ ਚੀਰਨਾ ਸ਼ੁਰੂ ਕਰ ਦਿੱਤਾ. ਜਦੋਂ ਉਹਨਾਂ ਨੂੰ ਆਰੀਆਂ ਨਾਲ ਚੀਰਨਾ ਸ਼ੁਰੂ ਕਰ ਦਿੱਤਾ ਅਤੇ ਉਹਨਾਂ ਨੇ ਵੀ ਜਪਜੀ ਸਾਹਿਬ ਦਾ ਪਾਠ ਸ਼ੁਰੂ ਕੀਤਾ. ਉਹਨਾਂ ਨੇ ਵੀ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰ ਪ੍ਰਸ਼ਾਦ. ਇੱਧਰ ਉਹਨਾਂ ਦਾ ਪਾਠ ਸ਼ੁਰੂ ਹੋਇਆ, ਉੱਧਰ ਉਹਨਾਂ ਨੂੰ ਚੀਰਨਾ ਸ਼ੁਰੂ ਕੀਤਾ. ਗੁਰੂ ਜਪਜੀ ਸਾਹਿਬ ਦੇ ਅੱਧੇ ਪਾਠ ਹੋਣ ਤੱਕ ਉਹਨਾਂ ਦੇ ਸਰੀਰ ਦੇ ਉਹਨਾਂ ਨੇ 2 ਫਾੜ ਕਰ ਦਿੱਤੇ ਸੀ, ਪਰ ਉਹਨਾਂ ਦੀ ਜਾਨ ਉਹਨਾਂ ਨੂੰ ਸ਼ਹੀਦੀ ਤਦ ਹੀ ਮਿਲੀ ਜਦੋਂ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋ ਗਿਆ ਸੀ. ਜਦੋਂ ਉਹਨਾਂ ਨੇ ਕਿਹਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਤਦ ਹੀ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਹੋਈ. ਅਤੇ ਪਰ ਗੁਰੂ ਜੀ ਤਾਂ ਵੀ ਨਾ ਡੋਲੇ, ਜਦੋਂ ਉਹਨਾਂ ਨੂੰ ਸ਼ਹੀਦੀ ਪ੍ਰਾਪਤ ਕੀਤੀ ਨਾ, ਉਹਨਾਂ ਨੇ ਗੁਰੂ ਜੀ ਨੇ ਤਾਂ ਵੀ ਸਲਾਮ ਨਾ ਕਬੂਲ ਕੀਤਾ, ਉਹਨਾਂ ਨੇ ਤਾਂ ਵੀ ਨਾ ਡੋਲੇ. ਉਹਨਾਂ ਦੀ ਅੱਖਾਂ ਸਾਹਮਣੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਸੀ, ਪਰ ਗੁਰੂ ਜੀ ਅਡੋਲ ਰਹੇ. ਅਤੇ ਉਦੋਂ ਬਾਅਦ ਭਾਈ ਮਤੀਦਾਸ ਜੀ ਦੇ ਭਰਾ ਸਕੇ ਭਰਾ ਸੀ ਭਾਈ ਮਤੀਦਾਸ ਜੀ ਅਤੇ ਸਤੀਦਾਸ ਜੀ. ਫਿਰ ਭਾਈ ਮਤੀਦਾਸ ਜੀ ਦੇ ਭਰਾ ਸਤੀਦਾਸ ਜੀ ਨੂੰ ਵੀ ਤਸੀਹੇ ਦਿੱਤੇ, ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ. ਕਿਵੇਂ? ਉਹਨਾਂ ਨੂੰ ਨਾ ਉਹਦੇ ਵਿੱਚ ਪਾ ਕੇ, ਰੂਹ ਵਿੱਚ ਲਪੇਟ ਕੇ, ਉਹਨਾਂ ਨੂੰ ਅੱਗ ਲਾ ਕੇ ਉਹਨਾਂ ਨੂੰ ਸਾੜ ਦਿੱਤਾ. ਉਹਨਾਂ ਨੂੰ ਵੀ ਪੁੱਛਿਆ ਗਿਆ ਸੀ ਵੀ ਇਸਲਾਮ ਜਾਂ ਮੌਤ ਕਿਆ ਕਬੂਲ ਹੈ? ਉਹਨਾਂ ਨੇ ਵੀ ਕਹਿ ਦਿੱਤਾ ਇਸਲਾਮ ਨਹੀਂ, ਹਮੇ ਮੌਤ ਕਬੂਲ ਹੈ. ਉਹਨਾਂ ਨੂੰ ਰੂਹ ਵਿੱਚ ਲਪੇਟ ਕੇ
साड़ दिता गया। पर गुरु जी तो भी अलोल रहे, गुरु जी ने तो भी इस्लाम ना कबूल किया। फिर औरंगजेब ने गुस्से विच आके गुरु जी का धड़ शरीर तो अड कर दिता, पर गुरु जी ने इस्लाम ना कबूल किया। उन्होंने उन्हों की मदद की, उन्होंने कहा जे तुसी गुरु जी नू इस्लाम जे तुसी मैनू इस्लाम कबूल करवाता ना, तो सारा सारे हिंदू अपने आप इस्लाम कबूल कर लेंगे। पर नहीं, गुरु जी ने इस्लाम ना कबूल किया, उन्हों की मदद की, सारियां दी अपने अखां सामने शहीदी प्राप्त करते हुए देखे, तो आप भी शहीदी प्राप्त कर ली। पर वो अडोल रहे, तो हुण आपां नूं इहदे विच्चों की सिक्ख्या मिलती है? क्योंकि आपां नूं सब की मदद करनी चाहिए, सिर्फ आपां नूं अपना नहीं देखना चाहिए हैगा भी अपनी की दे विच हो होएगी। सिर्फ अपना फायदा देख के नहीं काम करना चाहिए, कदे कदे दूजियां दा भी करना चाहिए। तो वाहिगुरु जी का खालसा, वाहिगुरु जी की फतेह। तो अज मैं थोनों ये साखी सुनाई, आई होप कि तुसी थोनों ये समझ आ गया होएगा कि मैं थोनों साखी विच की समझाना चाहती सी। गुरु तेग बहादुर जी ने इन्नी शहीदी प्राप्त की, तो आपां भी तो लोड़वंदा की मदद कर सकते हैं ना। वाहिगुरु जी का खालसा, वाहिगुरु जी की फतेह।